ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਦੇਸ਼ ਵਿੱਚ ਕੋਰੋਨਾ ਦੇ ਸੰਕਟ 'ਚ ਰਾਹਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਦੇਸ਼ ਦੇ ਵਿੱਚ 102 ਮਰੀਜ਼ਾਂ ਨੇ ਕੋਰੋਨਾ ਬਿਮਾਰੀ ਦੀ ਜੰਗ ਲੜ ਕੇ ਜਿੱਤ ਪ੍ਰਾਪਤ ਕਰ ਲਿੱਤੀ ਹੈ। ਇਹਨਾਂ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਖਬਰ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਪੂਰੇ ਦੇਸ਼ ਵਿੱਚ ਕੋਰੋਨਾ ਦਾ ਦਹਿਸ਼ਤ ਫੈਲਿਆ ਹੋਇਆ। ਹਾਲਾਂਕਿ ਦੇਸ਼ 'ਚ ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 'ਚ ਇਜ਼ਾਫਾ ਹੋ ਰਿਹਾ। ਠੀਕ ਹੋਏ ਮਰੀਜ਼ਾਂ ਦੀ ਗਿਣਤੀ ਕੀਤੀ ਜਾਵੇ ਤਾਂ ਮਹਾਰਾਸ਼ਟਰ ਦੇ ਵਿੱਚ 25 ਮਰੀਜ਼, ਕੇਰਲ ਦੇ ਵਿੱਚ 16, ਉੱਤਰ ਪ੍ਰਦੇਸ਼ 'ਚ 11, ਹਰਿਆਣਾ 'ਚ 17, ਕਰਨਾਟਕ 'ਚ 5, ਦਿੱਲੀ ਦੇ ਵਿੱਚ 6, ਤਮਿਲਨਾਡੂ ਦੇ ਵਿੱਚ 4, ਲੱਦਾਖ 'ਚ 3, ਰਾਜਸਥਾਨ 'ਚ 3, ਹਿਮਾਚਲ ਅਤੇ ਉੱਤਰਾਖੰਡ 'ਚ 2-2, ਤੇਲੰਗਾਨਾ, ਗੁਜਰਾਤ, ਜੰਮੂ ਕਸ਼ਮੀਰ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ 1-1 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਨੇ। ਕਿਹੜੇ ਸੂਬੇ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ? ਉਹਨਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ 7 ਮੌਤਾਂ ਹੋ ਚੁੱਕੀਆਂ ਨੇ, ਇਸ ਤੋਂ ਬਾਅਦ ਗੁਜਰਾਤ ਅਤੇ 5, ਕਰਨਾਟਕ ਅਤੇ 3, ਮੱਧ ਪ੍ਰਦੇਸ਼, ਦਿੱਲੀ ਅਤੇ ਪੰਜਾਬ ਦੇ ਵਿੱਚ 2-2, ਕੇਰਲ ਦੇ ਵਿੱਚ, ਤੇਲੰਗਾਨਾ, ਤਮਿਲਨਾਡੂ, ਜੰਮੂ ਕਸ਼ਮੀਰ, ਪੱਛਮੀ ਬੰਗਾਲ, ਬਿਹਾਰ ਅਤੇ ਹਿਮਾਚਲ ਵਿੱਚ 1-1 ਮੌਤ ਹੋ ਚੁੱਕੀ ਹੈ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਖਬਰਾਂ ਦੇਖਣੀ ਸੁਣਿਆ ਪੜ੍ਹਨੀਆਂ ਤਾਂ ਬਣੇ ਰਹੋ ਆਜ਼ਨਿਊਜ਼ਵਾਲਾ.com ਦੇ ਨਾਲ। ਕੀ ਤੁਸੀਂ ਪਰੇਸ਼ਾਨ ਹੋ? ਵਿਅਰਥ 'ਚ ਇੱਧਰ ਉੱਧਰ ਨਾ ਭਟਕੋ, ਸਹੀ ਜਗ੍ਹਾ ਸੰਪਰਕ ਕਰੋ ਜੋਤਿਸ਼ ਵਿੱਦਿਆ ਦੇ ਸਮਰਾਟ ਪੰਡਿਤ ਸ਼ਿਵ ਦਿਆਲ ਜੀ। ਪਰੇਸ਼ਾਨੀ ਜਿਵੇਂ ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਲਵ ਮੈਰਿਜ, ਕਾਰੋਬਾਰ 'ਚ ਰੁਕਾਵਟ, ਵਿਦੇਸ਼ 'ਚ ਪੱਕਾ ਹੋਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਅਤੇ ਸੌਤਨ ਦੁਸ਼ਮਣ ਨੂੰ ਸਬਕ ਸਿਖਾਓ, ਕਰਜ਼ਾ ਮੁਕਤੀ ਦਾ ਵਿਸ਼ੇਸ਼ ਹੱਲ ਜਾਣੋ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਨਹੀਂ ਟੁੱਟਣ ਦੇਵਾਂਗਾ। ਸੰਪਰਕ ਕਰੋ 98 154 13 896।